ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਸੀ ਚੈਨਲ ਤੁਹਾਡੇ ਨਾਲ ਹਾਂ ਸਿਮਰਨ ਹਨ ਸੋ ਅੱਜ ਅਸੀਂ ਪਹੁੰਚੇ ਹਾਂ ਫਿਲਮ ਮੌੜ ਦਾ ਪਬਲਿਕ ਰਿਵਿਊ ਲੈਣ ਦੱਸਦੇ ਕਿ ਫਿਲਮ ਦੇ ਹਾਊਸਫੁਲਸ ਜਾ ਰਹੇ ਨੇ ਤੇ ਆਪਾਂ ਦਰਸ਼ਕਾਂ ਨੂੰ ਪੁੱਛਣਾ ਉਹਨਾਂ ਨੂੰ ਇਹ ਫਿਲਮ ਕਿਹੋ ਜੀ ਲੱਗ ਰਹੀ ਨੇ ਤੇ ਉਹਨਾਂ ਨੂੰ ਐਮੀ ਵਿਰਕ ਨੇ ਜਦੋਂ ਜੋੜਾ ਮੌੜ ਦਾ ਕਿਰਦਾਰ ਨਿਭਾਇਆ ਉਹਨਾਂ ਨੂੰ ਕਿਹੋ ਜਿਹਾ ਲੱਗਿਆ ਤੇ ਦੇਵ ਕਰੋੜ ਨਿਭਾ ਰਹੇ ਨੇ ਉਹਨਾਂ ਦੇ ਭਰਾ ਕ੍ਰਿਸ਼ਨਾ ਦਾ ਕਿਰਦਾਰ ਸੋ ਦਰਸ਼ਕਾਂ ਨੂੰ ਪੁੱਛਦੇ ਹਾਂ ਉਹਨਾਂ ਨੂੰ ਇਹ ਫਿਲਮ ਕਿਹੋ ਜੀ ਲੱਗ ਰਹੀ ਹੈ ਕਿਦਾਂ ਲੱਗੀ ਫਿਲਮ ਬਹੁਤ ਵਧੀਆ ਸੀਗੀ ਕੀ ਲੋਗੋ ਫਿਲਮ ਦੇ ਸਟਾਈਲ ਫਿਲਮ ਬਹੁਤ ਵਧੀਆ ਸੀਗੀ ਤੇ ਉਹਦੇ ਵਿੱਚ ਨਾ ਜਿਹੜਾ ਉਹਦਾ ਪੱਗਾਂ ਦਾ ਸਟਾਈਲ ਸੀਗਾ ਉਹ ਬਹੁਤ ਵਧੀਆ ਸੀਗਾ ਤੇ ਬਹੁਤ ਵਧੀਆ ਸਟੋਰੀ ਸੀਗੀ ਬਹੁਤ ਵਧੀਆ ਲੱਗਿਆ ਥੈਂਕ ਯੂ ਬਹੁਤ ਵਧੀਆ ਲੱਗਿਆ ਕਿਦਾਂ ਲੱਗੀ ਬਹੁਤ ਘੈਂਟ ਹੈ ਬਹੁਤ ਸੋਹਣੀ ਕਾਫੀ ਵਧੀਆ ਸੀ ਪੰਜਾਬੀ ਮੂਵੀਜ਼ ਨਾਲ ਨਾਰਮਲ ਕਿਉਂਕਿ ਅੱਜ ਕੱਲ੍ਹ ਜਿਹੜੇ ਮੂਵੀਜ਼ ਆ ਰਹੇ ਜਿਵੇਂ ਪਿੱਛੇ ਵੀ ਕੋਈ ਮੂਵੀਜ਼ ਆਏ ਇੰਨੀ ਇੰਟਰਸਟਿੰਗ ਨਹੀਂ ਸੀ ਇਹ ਅਲੱਗ ਸੀ ਸਟੋਰੀ ਪਹਿਲਾਂ ਸੁਣਿਆ ਪਰ ਐਜ ਅ ਹੋਲ ਕਦੇ ਪੂਰੇ ਤਰੀਕੇ ਨਾਲ ਨਹੀਂ ਪਤਾ ਲੱਗਿਆ ਉਹ ਅੱਜ ਦੇਖ ਕੇ ਪਤਾ ਲੱਗਿਆ ਮੇਰੀ ਸਭ ਤੋਂ ਨਾਲ ਪ੍ਰੈਫਰ ਸੀ ਤੇ ਬਾਕੀ ਜੋ ਚੀਜ ਮਤਲਬ ਇਸ ਟਾਈਮ ਪੰਜਾਬੀ ਸਿਨੇਮਾ ਜਿਹੜੀ ਲੈਵਲ ਤੇ ਜਾ ਰਿਹਾ ਐਮੀ ਵਿਰਕ ਭਾਜੀ ਹੁਣੀ ਲੈ ਕੇ ਜਾ ਰਹੇ ਨੇ ਤੇ ਇਹ ਉਮੀਦ ਨਾਲੋਂ ਬਹੁਤ ਵਧੀਆ ਮੂਵੀ ਸੀਗੀ ਤੇ ਬਹੁਤ ਵਧੀਆ ਆਲ ਦੀ ਬੈਸਟ ਨੈਸਟ ਲਈ ਉਹਨਾਂ ਨੇ ਜੀ ਸਾਰਿਆਂ ਤੋਂ ਬੈਸਟ ਗੱਲ ਆਈ ਸੀ ਸੈੱਟ ਬਹੁਤ ਤਕੜੇ ਸੀ ਹਨਾ ਜਮਾਂ ਉਸੇ ਐਂ ਫੇਕ ਨਹੀਂ ਬਣਾਏ ਉਹਨਾਂ ਨੇ ਸੈੱਟ ਵੀ ਪੂਰਾ ਸਿਰਾ ਬਾਕੀ ਐਕਟਿੰਗ ਤਾਂ ਸਾਰੇ ਬੰਦੇ ਘੈਂਟ ਸੀਗੇ ਜੀ ਐਮੀ ਬਾਈ ਵੀ ਹਨਾ ਲਿਖੀ ਵੀ ਬਹੁਤ ਘੈਂਟ ਸੀ ਤੇ ਚਲੋ ਮੋੜ ਦੀਆਂ ਕਹਾਣੀ ਆਪਾਂ ਪਹਿਲਾਂ ਸੁਣੀਆਂ ਹਾਂਜੀ ਹਾਂਜੀ ਮੈਡਮ ਬਹੁਤ ਪਰ ਇੱਕ ਗੱਲ ਜਿਹੜਾ ਦੇਵ ਕਰੋੜ ਨੇ ਕੀਤੀ ਐਕਟਿੰਗ ਮੈਂ ਕਹਿੰਦਾ ਜੀ ਜਾਨ ਪਾਤੀ ਫਿਲਮ ਚ ਬਹੁਤ ਜ਼ਿਆਦਾ ਤੇ ਮੈਂ ਤਾਂ ਵੈਸੇ ਦੇਵ ਕਰੋੜ ਕਰਕੇ ਆਇਆ ਸੀਗਾ ਉਹਨਾਂ ਦਾ ਹਾਂਜੀ ਬਹੁਤ ਸੋਹਣੀ ਫਿਲਮ ਹੈ ਮੈਂ ਤਾਂ ਸਭ ਨੂੰ ਕਹਿੰਦਾ ਵੀ ਸਾਰੇ ਦੇਖਣ ਆਓ ਇੱਕ ਤਾਂ ਆਪਾਂ ਨੂੰ ਇਤਿਹਾਸ ਪਤਾ ਲੱਗਦਾ ਪੁਰਾਣਾ ਹਨਾ ਇਹ ਵੀ ਚੀਜ਼ਾਂ ਬਹੁਤ ਜ਼ਰੂਰੀ ਨੇ ਬਾਕੀ ਜੀ ਖੁਸ਼ ਐਂਡ ਤੱਕ ਇੰਟਰਸਟ ਬਣਿਆ ਰਹੂਗਾ ਫਿਲਮ ਚ ਦੇਵ ਕਰੋੜ ਜੇ ਵੀਡੀਓ ਦੇਖਦੇ ਨੇ ਉਹਨਾਂ ਲਈ ਕੀ ਕਹੋ ਉਹਨਾਂ ਨੂੰ ਇਹੀ ਕਹੂੰਗਾ ਵੀ ਤੁਸੀਂ ਬਹੁਤ ਬੈਸਟ ਕਰ ਰਹੇ ਹੋ ਅੱਗੇ ਵੀ ਇਦਾਂ ਹੀ ਲਿਆਈ ਚੱਲਿਓ ਬਸ ਇਹ ਚੀਜ਼ ਨਾ ਛੱਡਣਾ ਆਪਦੀ ਉਹਨਾਂ ਦੀ ਐਕਟਿੰਗ ਦਾ ਹੀ ਫੈਨ ਆਪਾਂ ਇਦਾਂ ਦਾ ਹੀ ਕਿਰਦਾਰ ਰੱਖਣਾ ਆਪਦਾ ਕਿਰਦਾਰ ਦੇ ਫੈਨ ਆ ਜੀ ਉਹਨਾਂ ਦੇ ਅਸੀਂ ਸਾਰੇ ਜਣੇ ਆ ਕੇ ਦੇਖੋ ਮੈਡਮ ਪੂਰੀ ਸਰਾਹਣਾਰੀ ਆ ਕੇ ਸਾਰੇ ਜਣੇ ਜ਼ਰੂਰ ਦੇਖੋ ਮੂਵੀ ਮਤਲਬ ਬਹੁਤ ਵਧੀਆ ਬਲੌਕਬਸਟਰ ਮੂਵੀ ਹੈ ਇੱਕ ਤਰ੍ਹਾਂ ਦੀ ਮਤਲਬ ਫੁੱਲ ਕੋਈ ਵੀ ਜਗ੍ਹਾ ਇਹੀ ਜਿਹੀ ਨਹੀਂ ਹੈਗੀ ਵੀ ਬੰਦਾ ਬੋਰ ਹੋ ਰਿਹਾ ਐਂਡ ਤੱਕ ਮਤਲਬ ਇੰਟਰਸਟ ਵਾਲੀ ਮੂਵੀ ਹੈ ਬਹੁਤ ਵਧੀਆ ਇੱਕ ਗੱਲ ਹੋਰ ਮੈਡਮ ਜਦੋਂ ਆਪਾਂ ਇੱਕ ਤਰ੍ਹਾਂ ਦੀ ਫਿਲਮ ਦੁਬਾਰਾ ਦੇਖਦੇ ਹਾਂ ਨਾ ਆਪਾਂ ਨੂੰ ਕਈ ਵਾਰ ਇਹ ਹੁੰਦਾ ਵੀ ਪਹਿਲਾਂ ਵਾਲੀ ਤੋਂ ਵਧੀਆ ਨਹੀਂ ਹੋਣੀ ਪਰ ਇਹ ਫਿਲਮ ਪੁਰਾਣੀ ਮੌੜ ਤੋਂ ਵੀ ਜ਼ਿਆਦਾ ਵਧੀਆ ਕੀ ਬਾਤ ਉਹਦਾ ਵੈਸੇ ਆਰਡਰ ਲੈ ਵਾਲਾ ਪਰ ਇਹ ਇਹਨਾਂ ਨੇ ਨਿਰਾਸ਼ ਨਹੀਂ ਕਰਦੀ ਇਹ ਮੂਵੀ ਆਪਾਂ ਨੂੰ 5.5 ਕਿੱਦਾਂ ਲੱਗੀ ਜੀ ਮੈਂ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਸਪੈਸ਼ਲੀ ਡੋਗਰ ਦਾ ਰੋਲ ਮੈਨੂੰ ਬਹੁਤ ਅੱਛਾ ਲੱਗਿਆ ਡਾਇਲੌਗ ਬਹੁਤ ਅੱਛੇ ਸੀ ਡੋਗਰ ਬਣੇ ਨੇ ਵਿਕਰਮ ਤੇ ਕੀ ਕਹੋਗੇ ਨਾਲ ਨਾਲੇ ਬਹੁਤ ਵਧੀਆ ਰੋਲ ਸੀਗਾ ਉਹਨਾਂ ਦਾ ਬਹੁਤ ਐਮੀ ਵਿਰਕ ਦੀ ਐਮੀ ਵਿਰਕ ਦੀ ਐਕਟਿੰਗ ਬਹੁਤ ਅੱਛੀ ਸੀ ਬਹੁਤ ਬਹੁਤ ਅੱਛਾ ਸੀ ਡਾਇਲੌਗਸ ਵਿੱਚ ਬਹੁਤ ਜਾਨ ਸੀ ਕੀ ਬਾਤ ਮੇਰੇ ਫਰੈਂਡ ਨੇ ਅਮੀਕ ਵਿਰਕ ਉਹਨਾਂ ਨੇ ਨਾ ਹਰਟਨ ਦਾ ਰੋਲ ਬਹੁਤ ਵਧੀਆ ਕਰਿਆ ਮਤਲਬ ਕਿ ਵਿਲਨ ਦਾ ਰੋਲ ਹੈ ਬਟ ਐਕਟਿੰਗ ਬਹੁਤ ਬਹੁਤ ਵਧੀਆ ਲੱਗੀ ਸਰ ਬਿਲਕੁਲ ਅਸੀਂ ਉਸੇ ਰੀਜਨ ਨੂੰ ਬਿਲੋਂਗ ਕਰਦੇ ਹਾਂ ਬਿਲਕੁਲ ਰਿਐਲਿਟੀ ਦਿਖਾਈ ਹੈ ਫਿਲਮ ਮਤਲਬ ਕਿ ਬਿਲਕੁਲ ਰਿਐਲਿਟੀ ਦੇ ਬਿਲਕੁਲ ਨੇੜੇ ਹੈ ਜੋ ਫਿਲਮ ਚ ਹੋਣਾ ਚਾਹੀਦਾ ਸੀ ਅਸੀਂ ਨੂੰ ਬਿਲੋਂਗ ਕਰ ਸਾਰਾ ਕੁਝ ਦਿਖਾਇਆ ਗਿਆ ਇਸ ਤੋਂ ਉਸ ਕੋਈ ਫਿਲਮ ਨਹੀਂ ਹੋ ਸਕਦੀ ਰਿਐਲਿਟੀ ਬੇਸਡ ਹੈ ਲੈਜੈਂਡ ਹੈ ਪੰਜਾਬ ਦਾ ਤੇ ਅੱਗੇ ਵੀ ਮੈਂ ਕਹਿੰਦਾ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਫਿਲਮਾਂ ਪੰਜਾਬ ਵੱਲੋਂ ਦਿਖਾਈਆਂ ਜਾਂਦੀਆਂ ਨੇ ਮੌੜ ਜਦੋਂ ਨਾਮ ਸੁਣਦੇ ਆ ਜੋੜਾ ਮੌੜ ਜਿੱਦਾਂ ਦਾ ਜੋੜਾ ਮੌੜ ਵੈਸੇ ਇੱਕ ਬੜਾ ਵੱਡਾ ਨਾਮ ਹੈ ਜਦੋਂ ਅਸੀਂ ਸੁਣਿਆ ਹੈ ਬਚਪਨ ਤੋਂ ਦੇਖਿਆ ਕਹਾਣੀਆਂ ਸੁਣੀਆਂ ਨੇ ਤੇ ਉਮੀਦਾਂ ਬਹੁਤ ਜ਼ਿਆਦੀਆਂ ਸੀ ਉਮੀਦਾਂ ਤੇ ਖਰੀ ਉਤਰਦੀ ਹੈ ਮੈਂ ਕਹਿੰਦਾ ਬਿਲਕੁਲ ਖਰੀ ਉਤਰਦੀ ਹੈ ਜੀ ਕਿਉਂਕਿ ਹਰ ਇੱਕ ਜਿਹੜਾ ਵੀ ਕਿਰਦਾਰ ਸੀ ਉਹਨੇ ਬਹੁਤ ਬਖੂਬੀ ਆਪਣਾ ਰੋਲ ਪਲੇ ਕੀਤਾ ਹੈ ਤੇ ਸਾਨੂੰ ਤਾਂ ਐਂ ਲੱਗ ਰਿਹਾ ਸੀ ਅਸੀਂ ਉਸੇ ਸਮੇਂ ਦੇ ਵਿੱਚ ਚਲੇ ਗਏ ਆ ਤੇ ਨੈਣਾ ਦੇਵੀ ਦੀ ਵੀ ਯਾਦ ਆਈ ਸਾਨੂੰ ਵੀ ਮਾਤਾ ਨੈਣਾ ਦੇਵੀ ਦਾ ਕਿੱਡਾ ਵੱਡਾ ਰੋਲ ਇਹਦੇ ਵਿੱਚ ਦਿਖਾਇਆ ਗਿਆ ਤੇ ਗਰੀਬਾਂ ਮਜਲੂਮਾਂ ਨਾਲ ਜੋ ਹੁੰਦਾ ਸੀ ਪਹਿਲੇ ਸਮੇਂ ਦੇ ਵਿੱਚ ਅਤਿਆਚਾਰ ਉਹਦੇ ਲਈ ਕੋਈ ਨਾ ਕੋਈ ਤਾਂ ਉੱਠਦਾ ਹੀ ਹੈ ਤਾਂ ਜੂਨਾ ਮੋੜ ਵੀ ਉੱਠਿਆ ਸੀ ਉਹਨੇ ਵੀ ਇਹਨਾਂ ਵਾਸਤੇ ਜੋ ਕੀਤਾ ਤਾਂ ਸਾਰਿਆਂ ਨੂੰ ਰੋਲ ਬਹੁਤ ਵਧੀਆ ਪਲੇਡ ਕੀਤੀ ਜਾ ਰਹੀ ਹੈ ਸੋ ਤੁਹਾਡੇ ਨੇੜੇ ਦੇ ਸਿਨੇਮਾ ਘਰਾਂ ਦੇ ਵਿੱਚ ਲੱਗ
चुकी है फिल्म मॉड रिदम बॉयज के नाच स्टूडियोज वालों प्रजेंट की फिल्म के हाउसफुल जा रहे हैं सो मॉड फिल्म देखने की जेकर एक्साइटमेंट है तो एडवांस बुकिंग कर लो वो भी चालू हो चुकी है तो नेड़े सिनेमाघरों में फिल्म पहुंच चुकी है जेकर ऑलरेडी फिल्म का फर्स्ट शो देख लिया तो कॉमेंट सैक्शन में दस सकते हो तो फिल्म कहो जी लगी है फिलहाल के लिए मैंने यानी सिमरन हंस में दे इजाजत तुम जुड़े रहो देसी चैनल। धन्यवाद।